ਹੈਲੋ ਵੀਵਰ, ਸਤਿ ਸ਼੍ਰੀ ਅਕਾਲ। ਪੰਜਾਬੀ ਤੁੜਕਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਾਬੀ ਤੁੜਕਾ 'ਚ ਹਲਦੀ ਚੂਨੇ ਵਾਲੀ ਪੀਸਾਂਗੇ। 250 ਗ੍ਰਾਮ ਹਲਦੀ ਆ, 500 ਗ੍ਰਾਮ ਦੇ ਕਰੀਬ ਅਸੀਂ ਚੂਨਾ ਲਿਆ ਸੀ। ਇਸ ਨੂੰ 3 ਦਿਨ ਭਿਗੋ ਕੇ ਇਸਦਾ ਪਾਣੀ ਬਦਲਣਾ ਸੀ ਅਤੇ 21 ਦਿਨ ਇਸ ਨੂੰ ਬੰਨ ਕੇ ਮਿੱਟੀ ਦੇ ਭਾਂਡੇ ਵਿੱਚ ਰੱਖਣਾ ਸੀ। 21 ਦਿਨਾਂ ਬਾਅਦ ਅਸੀਂ ਹੁਣ ਇਸ ਨੂੰ ਨਿਕਾਲ ਲਿਆ ਚੂਨੇ ਵਿੱਚ। ਅਸੀਂ ਇਸ ਨੂੰ ਪੀਸ ਕੇ ਕੱਚ ਦੀ ਬੋਤਲ ਵਿੱਚ ਪਾ ਕੇ ਰੱਖ ਲਵਾਂਗੇ। ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੀਆਂ ਠੀਕ ਹੋ ਜਾਂਦੀਆਂ। ਇਸ ਨੂੰ ਖਾਣ ਨਾਲ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ, ਪੇਟ ਦੀਆਂ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ, ਗੋਡੇ ਗਿੱਟੇ ਵੀ ਇਸ ਨਾਲ ਠੀਕ ਹੋ ਜਾਂਦੇ ਆ। ਇਸ ਨੂੰ ਸਰਦੀਆਂ ਵਿੱਚ ਖਾਣਾ ਹੈ 25 ਦਿਨ। ਇਸ ਨੂੰ ਤੁਸੀਂ 3 ਮਹੀਨੇ ਵੀ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ। ਇਸ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਆ। ਇਸ ਨੂੰ ਪੀਸ ਕੇ ਕੱਚ ਦੀ ਬੋਤਲ ਵਿੱਚ ਭਰ ਕੇ ਰੱਖ ਲੈਣਾ, ਹਵਾ ਨਹੀਂ ਲੱਗਣ ਦੇਣੀ। ਅਸੀਂ ਕੁੰਡਾ ਲਿਆ, ਇਸ ਵਿੱਚ ਪਾਵਾਂਗੇ ਹਲਦੀ। ਅਸੀਂ ਕੁੰਡੇ 'ਚ ਪਾ ਲਈ ਹੈ ਹਲਦੀ, ਹੁਣ ਅਸੀਂ ਇਸ ਨੂੰ ਪੀਸਾਂਗੇ। ਇਸ ਤਰ੍ਹਾਂ ਪੀਸਣਾ ਹੈ, ਇਸ ਦਾ ਫਾਈਨ ਪਾਊਡਰ ਬਣਾ ਲੈਣਾ ਹੈ। ਅਸੀਂ ਹਲਦੀ ਕੁੱਟ ਲਈ ਆ, ਹੁਣ ਇਸ ਨੂੰ ਅਸੀਂ ਜਾਲੀ ਵਿੱਚ ਛਾਣਨਾ, ਜਾਲੀ 'ਚ ਛਾਣ ਲਈ ਆ, ਅਸੀਂ ਛਾਣ ਕੇ ਰੱਖੀ ਦੇ। ਇਹ ਅਸੀਂ ਚੂਨੇ ਵਾਲੀ ਹਲਦੀ ਸਾਰੀ ਪੀਸ ਲਈ ਆ, ਇਹ ਸਾਨੂੰ ਕੈਂਸਰ ਤੋਂ ਵੀ ਬਚਾਉਂਦੇ ਹੈ। ਇਹ ਅਸੀਂ 1/2 ਚਮਚਾ ਲੈਣਾ ਹੈ ਪਾਣੀ ਦੇ, ਇਹ 25 ਦਿਨ ਖਾਣਾ ਇਸ ਤਰ੍ਹਾਂ 1/2 ਚਮਚਾ ਪਾਣੀ। ਨਾਲੇ ਇਸ ਨਾਲ ਭਾਰ ਵੀ ਬੈਲੈਂਸ ਰਹਿੰਦਾ ਹੈ, ਭਾਰ ਵੀ ਘੱਟਦਾ ਆ, ਔਰ ਮੋਟਾਪਾ ਵੀ ਨਹੀਂ ਆਉਂਦਾ, ਖੂਨ ਵੀ ਸਾਡਾ ਸਾਫ਼ ਰਹਿੰਦਾ ਹੈ। ਇਹ ਰੋਟੀ ਖਾਣ ਤੋਂ 1/2 ਘੰਟਾ ਪਹਿਲਾਂ ਖਾ ਲੈਣਾ ਆ, ਫਿਰ ਤੁਸੀਂ ਜੋ ਮਰਜ਼ੀ ਖਾਓ। ਓਕੇ, ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।